अस्सलाम वालेकुम। वालेकुम सलाम। अरे सुना, असेंबली खुल गई है? खुल गई है। सामान निकल गई? निकल गया, दाना दाना दे गया। अच्छा, ये उन नाल रूसी दा जैक रखी बैठे हैं? हां, इना दा आपा ते मवादना करी। अच्छा, वे देखा की कुछ फर्क है? कंपेयर थींदा पे कंपेयर। अच्छा, ये जनाब रूसी दी शफट है? ये केश है ते ना काम ना की औरत बनाया है। कल किया तोते ने, कल किया पसंद उसी में। ये कितना कोई फर्क है? ये तो बहुत सारे फर्क है। औरत ते मर्द दे फर्क दम हुन पता लग गई ना, सामने आ गया। एक है यूक्रेन दे हबशी बनाया है रूसी। हां, स्टाइल ते है लग। ये ऑन डे अगेन, कितना कोई फर्क है? अच्छा, अरे चलो फर्क नु छोड़ो यार, हर बंदा रखी पे। एक मजाक करी ने तो कोई चीज ना दिखाने पे, नाराज नहीं थी बना। मकसद एक हर बंदा ट्रैक्टर रखी पे। ये ऑन तोता चेक करो ना, सही है। ये तोता देख और ये तोता देख, अरे क्या फर्क है यार। बहुत सारे पाड़े ने इना दे, रात नहीं दे, नहीं रात नहीं दे, वजन दे वेच उए मोटाइयां इदा पूरे इदा वजन सारा पेन नाल ते इस ते शाफट दा मकसद है। ये बहुत चेक करी में है यार। अच्छा, ये हुन ना जितने असा झटके सट्टा दींदे पे उने ना इदी मोटाई देख, बिल्कुल पेन चेक कर, छोटी जई पेन ने। ए देख, इस चामन आ रही उत्ता है, उत्ता है। इस तल्ला ते प्रेशर नहीं देवना, क्योंकि इस ना इस इडे धिकना है। जेले ए पिछा धिकी सी ना, बिल्कुल लिंका नु इंच ऐसी उते ई में इस वाला वापस इडे खाली दी वाई। हां, क्या दे वजन अला खाली तले आना, बस इस सिर्फ उत्ता चावन दा इदा काम है, बिल्कुल। बाकी दा ऑटोमेटिक दे। ए हुन मकसद के ਬਹੁਤ ਪੁਰਾਣੇ ਕਨੈਕਸ਼ਨ, ਬਿਲਕੁਲ। ਅਤੇ ਇਹ ਪੁਰਾਣੇ ਹੁਣ ਕੀ ਕਾਮਯਾਬ ਹੀ ਨਹੀਂ ਇਸ ਵਕਤ ਦੇ ਵਿੱਚ। ਇਹ ਹੁਣ ਸ਼ਾਫਟ ਦੇਖ, ਇਹ ਸ਼ਾਫਟ ਦੇਖ ਯਾਰ, ਇਹ ਸਲੀਪ ਚੈੱਕ ਕਰ, ਇਹ ਸਲੀਪ ਚੈੱਕ ਕਰ। ਬਹੁਤ ਸਾਰੇ ਪਾੜੇ, ਕਿਤਨੇ ਪਾੜੇ ਨਹੀਂ, ਡਬਲ ਸਲੀਪ ਦੀਆਂ ਉੱਤੋਂ ਮੋਟਾਈਆਂ ਦੇਖ। ਇਸ ਸਲੀਪ ਨੂੰ ਚੈੱਕ ਕਰ, ਇਸ ਨੂੰ ਚੈੱਕ ਕਰ, ਦੇਖੀ ਇਤਨੀ ਸਾਰੀ ਕਿਆ ਫਰਕ ਨਹੀਂ? ਬਹੁਤ ਸਾਰੀ ਮੋਟੀ, ਬਹੁਤ ਸਾਰਾ ਫਰਕ ਹੈ। ਹੁਣ ਇੱਥਾਂ ਹੀ ਫਰਕ ਮਾਲੂਮ ਕਰੋ ਰੂਸੀ ਔਰ ਫੀਐਟ ਦੇ ਵਿੱਚ ਕਿਤਨਾ ਕੋਈ ਫਰਕ ਹੈ। ਇਹ ਦੇਖ, ਇੱਕ ਮਕਸਦ ਹੈ ਗੰਦੇ ਗੰਦੇ ਆਈਟਮ, ਛੋਟੇ ਛੋਟੇ ਆਈਟਮ, ਬਿਲਕੁਲ। ਹਾਂਜੀ, ਅਤੇ ਜੈਕ ਜ਼ਬਰਦਸਤ ਚੀਜ਼ ਹੈ ਯਾਰ, ਇਹ ਬਿਲਕੁਲ। ਹਾਂ, ਹੁਣ ਤਾਂ ਰੂਸੀ ਨੂੰ ਹੀ ਜੈਕ ਵਾਲੇ ਕੋਈ ਉਹ ਦੂਜਾ ਸਿਸਟਮ ਲਾਇਆ ਨੇ ਲੀਵਰ ਵਾਲਾ, ਪਸੰਦ ਉੱਤੋਂ ਤੱਲਾ ਹਲਾਓ ਰਾਂਦੇ ਬਸ। ਲੇਕਿਨ ਇਹ ਸਿਸਟਮ ਇਸ ਦੌਰ ਦੇ ਵਿੱਚ ਨਾ, ਛੋਟੀਆਂ ਛੋਟੀਆਂ ਪਿੰਨਾਂ ਦੇ ਕੁਝੇ ਕਬਾੜੇ ਦੇ ਇਹ ਖਤਮ ਕਰਨੇ ਚਾਹੀਦੇ ਹਨ। ਇਹ ਹੁਣ ਚੈੱਕ ਕਰ, ਇੱਕ ਰਿੰਗ ਜਨਾਬ ਮਿਸਤਰੀ ਸਾਹਿਬ ਪਾਏ ਇੱਕੋ ਰਿੰਗ, ਠੀਕ ਹੈ। ਇਹ ਰਿੰਗ ਤਾਂ ਇੱਥੇ ਇੱਥੇ ਇਵੇਂ ਇਵੇਂ ਜਿਲੇ ਖਚਕ ਸੀ ਨਾ, ਇਸ ਨੂੰ ਉੱਤੋਂ ਕੱਟ ਗਿੰਦੀ। ਇਹ ਦੇਖ ਨਾ ਕੱਟਾ ਪਏ, ਬਿਲਕੁਲ। ਇਹ ਰਿੰਗ ਦੇ ਨਾਲ ਹੈਲਪਰ ਹੀ ਮਿਲਦਾ, ਹੈਲਪਰ ਨਾ ਪਾਓ ਤਾਂ ਡਬਲ ਰਿੰਗ ਪਾ ਦਿਓ ਯਾਰ। ਚੰਗਾ ਭਾਰੀ ਕਰਕੇ ਇਸ ਨੂੰ ਰੱਖੋ, ਇਸ ਨੂੰ ਜਿਤਨਾ ਭਾਰੀ ਰੱਖੋ, ਹੱਲਾਂ ਕੋ ਤੱਲੇ ਨਾ ਸਟੇ ਸੀ, ਜਿਤਨਾ ਹੌਲਾ ਰਿੰਗ ਪੈ ਸੋ ਇਹਦੇ ਵਿੱਚ। ਇਹ ਜਰੀਆਂ ਪਾ ਦੇ ਸੀ ਡਿਠਈ ਹੈ, ਬਿਲਕੁਲ ਜਰੀ ਪਈ ਪਈ, ਕੱਟ ਪਈ ਪਈ ਹੈ, ਕਿਉਂਕਿ ਇਹ ਜਾਨ ਨਾਲ ਜਾਨ ਲੱਗਦੀ ਰਹੀ ਹੈ, ਲੋਹੇ ਅਤੇ ਲੋਹਾ ਲੱਗਾ ਹੈ, ਠੀਕ ਹੈ। ਜਿਹੜੇ ਲੋਹੇ ਅਤੇ ਲੋਹਾ ਲੱਗਦਾ ਹੈ ਇਹਦੇ ਵਿੱਚੋਂ ਜਾਨ ਘੱਟ ਵਹਿੰਦੀ ਹੈ, ਬਾਤ ਇਹਦੇ ਵਿੱਚ ਕੱਟਾਂ ਹੀ ਪਾਉਣੀਆਂ ਤਾਂ ਲਈ ਸਟੇ ਸੀ, ਕੇਰੇ ਹੀ ਕਰੇ ਸੀ, ਬਿਲਕੁਲ ਆਟੋਮੈਟਿਕ ਪੂਰਾ ਹਰ ਵੇਲੇ ਉਹ ਮਕਸਦ ਦੇ ਪੰਪ ਸੱਟਾਂ ਮਰਿੰਦਾ ਹੀ ਮਰਿੰਦਾ ਰਹਾ ਸੀ। ਅਤੇ ਇਹ ਚੀਜ਼ ਜਿਹੜੀ ਹੈ ਨਾ, ਥੋੜ੍ਹੀ ਜਿਹੀ ਧਿਆਨ ਰੱਖਿਆ ਕਰੋ ਪਾਵਣ ਦੇ ਟਾਈਮ ਨੂੰ, ਅਤੇ ਇਸ 'ਤੇ ਇਤਨੀਆਂ ਸੱਟਾਂ ਨਾ ਦਿੱਤੀਆਂ ਕਰੋ। ਇਹ ਦੇਖ ਗਿਨੋ ਆਈਟਮ ਪੁਰਜ਼ੇ ਹੈ, ਹੁਣ ਇੱਥੋਂ ਗਾਟਾ ਤਰੁੱਟ ਪਵੇ ਜਾਂ ਇਹ ਖੁੱਲ ਵਈਏ ਜਾਂ ਮਕਸਦ ਇਹ ਆਰਮ ਸ਼ਾਫਟ ਤਾਂ ਕਈ ਜਾਂ ਉੱਤੇ ਡਿੱਠੀ ਹੈ ਤਰੁੱਟੀ, ਕਈ ਦਫ਼ਾ ਅਗਰ ਥਰੇਸ਼ਰ ਲਾਈ ਵਧਾ ਨਾ ਅਤੇ ਕਿਰਾਂ ਫਸ ਗਏ, ਪੱਟੀ ਲਾ ਕੇ ਥੋੜ੍ਹਾ ਜਿਹਾ ਪਿੱਛਾ 'ਚ ਹਟਾਏ ਨਾ,
ਇੱਥੋਂ ਕੱਟ ਗਏ ਸੀ, ਬਿਲਕੁਲ ਇੱਥੋਂ ਤਰੋੜ ਗਏ ਸੀ। ਕਈ ਦਫ਼ਾ ਕਈ ਮਕਸਦ ਦੇ ਚਾਂਸ ਅਸਾਂ ਡਿੱਠੀ ਬੈਠੇ, ਲੇਕਿਨ ਇਹ ਜਿਹੜਾ ਫਕੀਰ ਇਹਨਾਂ ਦੇ ਇੱਥੇ ਪਏ ਵੇ ਪੂਰਾ ਜੈਕੇ ਯਾਰ, ਇਹ 700-700 ਮਣ ਦੀਆਂ ਟਰਾਲੀਆਂ ਚਾਵਣ ਵਾਸਤੇ ਇਹ ਸ਼ੇਰ ਆਉਂਦੇ ਆ, ਬਿਲਕੁਲ ਇਵੇਂ ਇਹ ਸ਼ਾਫਟਾਂ ਪਈਆਂ ਨੇ ਦੀਆਂ ਆਰਮ ਸ਼ਾਫਟਾਂ ਹੋਣ, ਇਹ ਆਰਮ ਸ਼ਾਫਟ ਦੇ ਕੇ ਤੋਤਾ ਇਹ ਦੇਖ, ਤੋਤਾ ਇਹ ਦੇਖ, ਰਾਤ ਨਹੀਂ ਦਾ ਫਰਕ ਬਹੁਤ ਫਰਕ, ਸ਼ਾਫਟ ਨੂੰ ਦੇਖ ਇਹਦੇ ਵੀ ਜਿਹੜਾ ਪੇਨ ਨਹੀਂ ਪਾਉਂਦਾ ਇਹ ਪੇਨ ਜਿਹੜੀ ਸ਼ਾਫਟ ਹੈ, ਇਵੇਂ ਔਰ ਇਹਦੇ ਵਿੱਚ ਕਿਤਨੀ ਚੱਲ ਹੈ ਸਲੀਬ ਦੇ ਵਿੱਚ, ਚੱਲ ਦੇਖ ਇਹਦੇ ਵਿੱਚ ਪਿਸਟਨ ਹੀ ਆਉਣਾ, ਇੱਥੋਂ ਦੇਖਣਾ ਇਹ ਕੁਝ ਚੱਲ ਹੈ ਸਰੀਆਂ ਲਿੰਕਾਂ ਜਿਹੜੇ ਉੱਤੇ ਚਾਹੁੰਦਾ ਨਾ, ਇਹ ਇਹੋ ਕੁਝ ਵੀ ਚੱਲਦਾ ਪਿਆ, ਇਹਦਾ ਫਾਸਲਾ ਚੈੱਕ ਕਰ, ਇਹਦੀ ਲੰਬਾਈ ਦੇਖ, ਮਕਸਦ ਇਹ ਤੱਕ ਵਿੱਚ ਆਉਂਦਾ ਪੈਂਦਾ ਪਿਆ ਹੁੰਦਾ, ਔਰ ਚੰਗਾ ਲਿੰਕਾਂ ਨੂੰ ਉੱਤੇ ਚਾਹੁੰਦਾ ਤੱਲੇ ਸਟੀਂਦਾ, ਇਸ ਪਾਵਰ ਦੇ ਉੱਤੇ ਇਹਨਾਂ ਮੋਟਾਈਆਂ ਦੇ ਉੱਤੇ ਪਿੱਛਾ ਹਟਦੀ ਜਾ ਟਰਾਲੇ ਦੇ ਉੱਤੇ ਦੂ ਦੂ ਫੁੱਟ ਮੈਂ ਪੱਟੀ ਦੇ ਕੇ ਇਹਨਾਂ ਕੋਲ ਪਿੱਛਾ ਹਟਾਏ, ਆਗਾ ਚਾਹ ਕੇ ਰਿਵਰਸ ਫੀਅਰ ਨੂੰ ਆਖ ਹਿੱਕ ਮੈਂ ਕੋਈ ਇੱਕ ਫੁੱਟ ਹਟਾ ਦੇਵੇ, ਪਿੱਛਾ ਬੰਪਰ ਲੱਗੋ ਹੋਇਆ ਹੋਵੇ ਨਾ ਇੱਕ ਫੁੱਟ ਹਟਾ ਦੇਵੇ, ਆਰਮ ਸ਼ਾਫਟਾਂ ਛੋੜ ਚੀਰ ਪਾੜ ਕੇ ਮੱਡੀ ਗੁਬਾਰ ਕਰ ਸਕੇਗੀ। ਇਹ 75 ਐਚ ਪੀ 22,85,000 ਰੁਪਇਆ ਕੀਮਤ ਹੈ, ਕੀਮਤ ਹੀ ਕੰਮ ਨਹੀਂ, ਐਚ ਪੀ ਕੰਮ ਨਹੀਂ, ਡੀਜ਼ਲ ਹੀ ਬਰਾਬਰ ਰੂਸੀ ਦੇਖਾਂਗਾ, ਲੇਕਿਨ ਮਿਆਰ ਕੋਈ ਨਹੀਂ, ਚਲੋ ਮਿਆਰ ਕੋਈ ਨਹੀਂ, ਹੁਣ ਗੇਂਦ ਛੋੜੇ ਵੀ ਹੁਣ ਉਹਨਾਂ ਦੀ ਵਾਪਸੀ ਆ, ਉਹਨਾਂ ਦੇ ਮਿਆਰ ਨਹੀਂ ਬਣਦੇ, ਉਹਨਾਂ ਕੋ ਸਕੂਨ 'ਤੇ ਚਲਾਓ ਆਰਾਮ ਨਾਲ ਬਸ, ਔਰ ਜਿਹੜੇ ਕੰਮ ਕਰੋ ਥੋੜ੍ਹੀ ਜਿਹੀ ਤਵੱਜੋ ਨਾਲ, ਇਹ ਬਾਰ ਬਾਰ ਅੱਗੋਂ ਨੱਠ ਖੁੱਲ੍ਹੇ ਨਾ, ਇਹ ਨੱਠ ਇੱਕ ਦਫ਼ਾ ਲੂਜ਼ ਥੈਨ ਉਹਨਾਂ ਲੰਬੇ ਕਾਬਲੇ ਲਾ ਰਹੇ, ਕਹਿੰਦਾ ਅਸੈਂਬਲੀ ਵਾਲੇ ਅੱਗੂ ਜਿਹੜੀ ਮੇਨ ਅਸੈਂਬਲੀ ਹੈ ਨਾ ਛੋਟੀ ਉਹਦੇ ਨੱਠ ਹੁੰਦੇ ਨੇ, ਅੱਗੂ ਸਟੱਡ ਹੁੰਦੇ ਨੇ, ਇਹ ਬਾਰ ਬਾਰ ਖੁੱਲ੍ਹਦੇ ਰਹਿਣ ਨਾ, ਇਹ ਲੂਜ਼ ਕੀਤੇ ਨੇ ਵੱਧ ਵਿੱਚ ਇਹ ਕੋਈ ਛੱਲੇ ਬਣਾ ਕੇ ਕੜੇ ਰੱਖੇ ਨੇ, ਇਹ ਸਪੇਸ ਦਿੱਤੇ ਨੇ, ਕਾਬਲੇ ਲੰਬੇ ਚਾੜੇ ਨੇ, ਕਈ ਜੁਗਾੜ, ਕਿਉਂਕਿ ਇਹ ਖੁੱਲ੍ਹਾ ਬਾਰ ਬਾਰ ਹੈ, ਇਹ ਹੁਣ ਹੈਰਾਨਗੀ ਇਹ ਕਸਮ ਕਰਕੇ ਸਮੇਂ ਚੋਂ ਰਿੰਗ ਨਹੀਂ ਕੱਢਾ, ਇਹ ਇੱਕੋ ਰਿੰਗ ਆਈ, ਇਹ ਉਹ ਰਿੰਗ ਪੇ ਮਤਾਕ ਉਹ ਕੱਢ ਦਿੰਦਾ ਸੀ, ਇਹਦੀ ਗੱਡੀ ਦੇ ਵਿੱਚ ਬਏ ਨੁਕਸ ਹੀ ਹਨ ਨਹੀਂ ਦਿਖਾਏ, ਪਰ ਇਹ ਨੁਕਸ ਬੜਾ ਅਹਿਮ ਹੈ, ਔਰ ਇਹ ਮਿਸਤਰੀ ਦੇ ਮੁਤਲਕਾ ਬਸ, ਜੈਕ ਦੀਆਂ ਕਿੱਟਾਂ ਪਹਿਨੇ ਆ, ਉਹ ਕਿੱਟ ਫਿਕਸ ਬਰਾਬਰ ਰਿੰਗ ਮੋਟੇ ਓਵਰ ਸਾਈਜ਼, ਤਾਂ ਕਿ ਇਹ ਵਿੱਚ ਬੜੀ ਮੁਸ਼ਕਿਲ ਨਾਲ ਚੜੇ, ਰਿੰਗ ਪੈਂਦੀ ਜਾ ਕਟੀਚੇ ਨਹੀਂ ਤਾਂ ਇਹ ਤਕਰੀਬਨ ਲੀਕੇਜ ਹੀ ਨਹੀਂ ਥੀਂਦੀ, ਔਰ ਇਹਨਾਂ ਦੇ ਵਿੱਚ ਖਰਾਬੀ ਵੀ ਮਸਲਾ ਨਹੀਂ ਆਉਂਦਾ ਨਹੀਂ ਆਉਂਦਾ। ਅੱਛਾ ਹੁਣ ਅਸੈਂਬਲੀ ਦੇ ਵਿੱਚ ਆ ਰਹੇ ਫਿਰ ਕਿਲੀਆਂ ਡਿੱਠੀਆਂ ਨਹੀਂ, ਤਾਂ ਹੀ ਰੱਖ ਦੇ ਇਹਦਾ ਹੀ ਪਈਆਂ ਨਿੱਕੀਆਂ ਨਿੱਕੀਆਂ ਜਨਾਬ, ਇਹ ਚੈੱਕ ਕਰੋ ਬਾਈ, ਇਹ ਹੁਣ ਤੁਹਾਡੇ ਵਜ਼ਨ ਚਵੈਨੀਆਂ, ਇਹ ਲੀਵਰ ਮਰੈਨੀਆਂ, ਠੀਕ ਹੈ ਨਾ, ਇਹ ਕਿਤਨੀ ਆਈ ਦੇ ਵਿੱਚ ਹੁਣ 1,00,000 ਦਾ ਅੱਗੂ ਸਿਰਾ ਤਰੁੱਟਾ ਵੱਧ ਆਈ, ਠੀਕ ਹੈ, ਅਤੇ ਲਾਖ ਵਿੱਚ ਵਹੀਆਂ ਢਾਏ ਇਹ ਦੇਖੇ ਠੀਕ ਲਾਖ ਕੱਟੀ ਕੜੀ ਆਈ, ਇਹਨਾਂ ਦੇ ਵਿੱਚ ਹੁਣ ਪਲੇ ਆਉਣੀ ਹੈ ਨਾ, ਬਿਲਕੁਲ ਇਹ ਖਚਕਦੀਆਂ ਪਈਆਂ ਹੁਣ ਨਾ ਲਈਏ, ਅਤੇ ਇਹ ਇਹ ਜਿਹੜੇ ਇਹਨਾਂ ਦੇ ਵਿੱਚ ਪਲੇ ਛਲੇ ਬਣੀ ਨਾ, ਕੰਮ ਬਹੁਤ ਵੱਧ ਹੋਣੇ। ਅੱਛਾ ਇਹ ਕਿੱਲੀ ਹੈ ਜਿਹੜੀ ਕਿੱਲੀ ਵਾਪਸ ਨਹੀਂ ਹਟਦੀ, ਬਿਲਕੁਲ ਡਿੱਠੀ ਨਾ, ਅੰਦਰੋਂ ਕੋਈ ਸਪਰਿੰਗ ਇਸ ਜਗ੍ਹਾ ਦੇ ਵਿੱਚ ਕੋਈ, ਜਿਹੜਾ ਹੁਣ ਇਹ ਖੋਖਾ ਖੋਲ੍ਹਾ ਇਸ ਨਾ ਵੱਡਾ ਡੱਬਾ, ਇਸ ਡੱਬੇ ਦੇ ਵਿੱਚ ਕੁਛ ਹੈ ਸਪਰਿੰਗ ਕੋਈ ਇਵੇਂ। ਅੱਛਾ ਬਸ ਮਜ਼ੀਦ ਅੱਗਾਂ ਜਿਹੜੇ ਫਿਟਿੰਗ ਥੀ ਸੀ ਖੈਸ, ਹੁਣ ਦੋਸਤੋ ਇਹ ਆਇਲ ਪਾਇਆ ਹੋਇਆ ਹੀ ਨਵਾਂ ਇੱਥੇ ਕਰੇ, ਠੀਕ ਹੈ, ਇਹਦੇ ਵਿੱਚ ਗੇਅਰ ਦਾ ਆਇਲ ਆਉਂਦਾ, ਹਾਂਡੇ ਦਾ ਆਇਲ ਇਹਦੇ ਵਿੱਚ ਚੱਲਦਾ, ਹੁਣ ਮੈਂ ਤਾਂ ਕੋਈ ਇਹ ਨਹੀਂ ਕਹਿੰਦਾ ਪਿਆ, ਇਹ ਹਾਂਡੇ ਗੇਅਰ ਦਾ ਆਇਲ ਇਹਦੇ ਵਿੱਚ ਚੱਲਦਾ, ਆਇਲ ਤਾਂ ਨਵਾਂ ਪਾ ਦਿੱਤਾ, ਨਵਾਂ ਪਾ ਦਿੱਤਾ, ਲੇਕਿਨ ਜਿਹੜਾ ਗੇਅਰ ਵਾਲਾ ਕੰਪਨੀ ਕੰਮ ਰੱਖਿਆ ਨਾ, ਬਈ ਹਾਈਡ੍ਰੋਲਿਕ ਪੰਪ ਦਾ ਆਇਲ ਕਿੱਥੋਂ ਕੌਣ ਡੇ ਸੀ, ਗੇਅਰ ਪੂਰਾ ਕਰੇ ਸੀ, ਗੇਅਰ ਦੇ ਵਿੱਚ ਇਹਦੀਆਂ ਸੈਂਕੜਾਂ ਕਰਾਰੀਆਂ ਲਿਠੀਆਂ ਨਹੀਂ, ਐਕਸਲ ਲਿਠੇ ਨਹੀਂ, ਅੱਗੇ ਉਹ ਕੱਪਾ ਟੁੱਕਾ ਪੇ ਬੜਵਾ ਉਹਦੇ ਉੱਤੇ ਵਲਾ, ਤੁਸੀਂ ਇਹ ਚਾੜ ਦਿੱਤਾ, ਪੰਪ ਦੀ ਲਾਈਫ ਕੇ ਤਾਂ ਹੀ ਰਸ਼ ਘੱਟ ਵਹਿਣੀ ਹੈ, ਹੁਣ ਨਵਾਂ ਮੋਬਾਈਲ ਥੀ ਹੋਇਆ ਵਿੱਚੋਂ ਹੀ ਇਹ ਹਾਲਤ ਪਈ ਹੈ, ਡਿੱਠਾ ਤੱਲੇ ਆ ਰਹੇ ਜੰਮਾ ਪੇ ਮਾਲ, ਇਹ ਠੀਕ ਹੈ ਨਾ, ਇੱਕ ਬੰਦਾ ਆਦਾ ਪਿਆ ਤੁਸੀਂ ਤੱਲੇ ਰੇਤ ਦੇ ਉੱਤੇ ਮਾਲ ਸਮਾਨ ਰੱਖੀ ਪਏ ਵੇ,
ਤੇ ਬੜਾ ਗਲਤ ਕੰਮ ਕਰੀਂਦੇ ਪਏ ਫਿਰ ਇਹ ਤੇ ਸਾਰੀ ਵਿੱਚ ਲੱਗੀ ਵੈਸੀ ਵਿੱਚ ਮਾਲ ਦੇ ਪਹਿਲੇ ਕਿਹੜੇ ਕੰਮੀ ਆ ਹਾਂਜੀ ਸਾਡੇ ਕੋਲ ਰੀਸਟੋਰ ਥੀਂਦੇ ਨੇ ਅਸਾਂ ਆਮ ਮਿਸਤਰੀ ਨਹੀਂ ਕਿ ਸਾਡੇ ਕੋਲ ਰੋਜ਼ਾਨਾ ਤੂੰ ਗੱਡੀਆਂ ਆਵੇਂ ਨਹੀਂ ਜਾਣ ਪੰਪ ਵਾਧੇ ਘਾਟੇ ਕਰਵਾਵੇਂ ਅਸਾਂ ਪੂਰੀ ਗੱਡੀ ਕੋ ਖੋਲਣ ਵਾਲੇ ਹਾਂ ਅਸਾਂ ਇਹ ਮਾਲ ਕੱਢਣੇ ਹੁੰਦੇ ਬਿਲਕੁਲ ਜਿਹੜੇ ਮਿਸਤਰੀ ਕਰਾਂ ਜ਼ਿੰਦਗੀ ਦੇ ਵਿੱਚ ਚੈੱਕ ਨਹੀਂ ਕਰਨੇ ਜਿਹੜਾ ਕੰਮ ਹੀ ਕਰੇ ਸੀ ਬਾਰ ਬਾਰ ਬਾਰੋ ਬਾਰ ਕਰੇ ਸੀ ਇਵੇਂ ਕਰੇ ਸੀ ਜਿਵੇਂ ਇਹ ਕਰੇ ਪਾਏ ਸੀ ਪਾਏ ਹੀ ਨਹੀਂ ਬਿਲਕੁਲ ਮਜ਼ਦੂਰੀ ਜ਼ਿੰਦਗੀ ਦੀ ਚਾਰ ਦਿਹਾੜੇ ਸਿੱਖੇ ਸਮਝੇ ਥੋੜ੍ਹਾ ਜਿਹਾ ਪੂਰੀ ਪੂਰੀ ਟੈਕਨੀਕ ਆਵੇ ਮੈਂ ਗੱਡੀਆਂ ਚੱਲਦੀਆਂ ਯਾਰ ਇਹ ਇਹਦੇ ਗੰਦੇ ਨਹੀਂ ਹੁਣ ਚੱਲਦੇ ਵਧੇ ਬਿਲਕੁਲ ਚੱਲਦੇ ਚੱਲਦੇ ਵਧੇ ਨਾ ਹਜ਼ਾਰਾਂ ਮਕਸਦ ਕਿ ਕਈ ਸਾਲ ਹੋ ਗਏ ਚੱਲਦੇ ਪੈਣ ਲੇਕਿਨ ਸਾਡਾ ਮਕਸਦ ਹੈ ਕਿ ਇਹਦੀ ਕੇਅਰ ਕਰੋ ਇਹਨਾਂ ਇਹ ਹਾਲ ਨਾ ਕਰੋ ਰੱਖੀ ਪੈਵੇ ਚਲਾਉਂਦੇ ਪੈਵੇ ਗਿੰਦੇ ਪੈਵੇ ਠੀਕ ਹੈ ਨਾ ਸਾਡੀ ਕੋਈ ਇਹਨਾਂ ਨਾਲ ਦੁਸ਼ਮਣੀ ਨਹੀਂ ਹਾਂਜੀ ਲੇਕਿਨ ਹੁਣ ਕੰਪਨੀ ਕੋ ਚੇਂਜ ਕਰਨਾ ਚਾਹੀਦਾ ਜੀ ਅਗਰ ਉਹ ਚੇਂਜ ਨਹੀਂ ਥੇ ਤੁਸੀਂ ਪੁਰਾਣੇ ਪਹਿਲੇ ਗਿਣ ਛੋੜੇ ਅੱਜ ਉਹਨਾਂ ਦਾ ਇਹ ਹਾਲ ਨਾ ਕਰੋ ਸਫਾਈਆਂ ਕਰੋ ਉਹਨਾਂ ਦੇ ਵਿੱਚ ਚੰਗੇ ਚੰਗੇ ਮਾਲ ਪਾਓ ਮਿਹਨਤ ਕਰੋ ਮਿਸਤਰੀ ਚੰਗੇ ਹੋਵੇ ਤਾਂ ਆ ਕੇ ਇਹ ਗੱਡੀਆਂ ਪਿਆਰ ਮੁਹੱਬਤ ਚੱਲਦੀਆਂ ਚੱਲਦੀਆਂ ਗਰਾਰੀਆਂ ਡਿੱਠੀਆਂ ਨਹੀਂ ਦਿੰਦੇ ਮਕਸਦ ਬਰੀਕ ਬਰੀਕ ਹੈ ਅਗਰ ਉਸ ਯਾਦ ਉੱਤੇ ਪਿਆਰ ਨਾ ਕਰੇ ਸੀ ਤੇ ਜ਼ੁਲਮ ਕਰੇ ਸੀ ਤਾਂ ਵੱਧ ਕੀ ਬਣਦੀ ਬਸ ਹੁਣ ਇਹਦੇ ਉੱਤੇ ਪਿਆਰ ਕਰਨਾ ਹੈ ਕਿਉਂਕਿ ਇਹ ਚੀਜ਼ਾਂ ਕਮਜ਼ੋਰ ਹਨ ਇਹ ਚੀਜ਼ਾਂ ਜਿਹੜੀਆਂ ਨੇ ਨਾ ਕੋਈ ਜਿਤਨੀਆਂ ਹੀ ਸੱਟਾਂ ਮਰੇ ਸੋ ਚੱਲਦਾ ਸੀ ਲੇਕਿਨ ਇਹ ਆਖ ਸੀ ਬਈ ਇੱਕ ਦਿਹਾੜ ਮੈਂ ਤੁਹਾਡਾ ਕੁੱਕੜੀ ਨਾ ਰਸ ਕਿਲਾ ਖਾਲੀ ਕਰਾਂ ਮੈਂ ਜਿੱਤੇ ਮੰਜੀ ਵਧਾ ਬਿਲਕੁਲ ਕਿਉਂਕਿ ਟਾਈਮ ਤੇ ਕੰਮ ਕਰਾਓ ਵਕਤ ਉੱਤੇ ਕਰ ਗਿਆ ਠੀਕ ਹੈ ਤੇ ਇਹ ਖਾਮੀਆਂ ਵੱਤ ਨਾ ਸਨ ਔਰ ਇਹ ਕੰਪਨੀ ਨੂੰ ਅਹਿਸਾਸ ਕਰਨਾ ਚਾਹੀਦਾ ਕਿ ਗੇਅਰ ਦੇ ਆਇਲ ਨੂੰ ਕੱਟ ਕੇ ਪੰਪ ਦੇ ਆਇਲ ਨੂੰ ਅਲੱਗ ਕਰੇ ਠੀਕ ਹੈ ਤੇ ਔਰ ਇਹ ਚੀਜ਼ਾਂ ਔਰਤਾਂ ਵਾਲੀਆਂ ਵੀ ਜੋ ਕੱਢ ਗਏ ਨੇ ਹੁਣ ਮਰਦਾਂ ਵਾਲੇ ਕੰਮ ਇਹਦੇ ਵਿੱਚ ਪਾਵੇ ਸ਼ਰਮ ਆਉਂਦੀ ਯਾਰ ਦੇਖ ਇਹ ਕੌਣ ਤਰੀਕਾ ਹੈ ਇਹ ਸਾਫ ਹੋਣਾ ਚਾਹੀਦਾ ਇਹਦੇ ਵਿੱਚ ਠੀਕ ਹੈ ਜੀ ਵੀਡੀਓ ਅੱਛੀ ਲੱਗੇ ਵੀਡੀਓ ਨੂੰ ਲਾਈਕ ਕਰਨਾ ਨਾਰਾਜ਼ ਨਹੀਂ ਕੀਵਣਾ ਗੱਪਾਂ ਸ਼ੱਪਾਂ ਲੈਂਦੇ ਪਏ ਇਹ ਨਾ ਆਖਾ ਯਾਰ ਕੋਈ ਦੁਸ਼ਮਣੀ ਪਾਈ ਖੜੇ ਅੱਲਾ ਹਾਫਿਜ਼।